दैनिक सवेरा देख रहे हो तुसीं तां मैं अमर सिंह दिगपाल। देश दे प्रधानमंत्री नरेंद्र मोदी दे वल्लों पंजाब दे विच 5 तरीक नूं अंदोलन तों बाद इक वड्डी जिहड़ी कि रैली है पंजाब दे विच रखी गई है, फिरोजपुर दे विच जिहड़ी कि रैली ਉਹ ਹੋਊਗੀ ਪੰਜਾਬ ਦੇ ਵਿੱਚ 5 ਤਰੀਕ ਨੂੰ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਜਥੇਬੰਦੀ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਜਿਹੜੀ ਕਿ ਕੋਲ ਦਿੱਤੀ ਗਈ ਹੈ ਕਿ 5 ਤਰੀਕ ਨੂੰ ਵੱਡੇ ਪੱਧਰ ਤੇ ਜਿਹੜਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਾ ਜਿਹੜਾ ਕਿ ਘਰਾਓ ਕੀਤਾ ਜਾਊਗਾ, ਕਾਲੀਆਂ ਝੰਡੀਆਂ ਲਾ ਕੇ ਉਹਨਾਂ ਨੂੰ ਦਿਖਾਈਆਂ ਜਾਣਗੀਆਂ। ਗੱਲਬਾਤ ਕਰ ਲੈਂਦੇ ਹਾਂ ਏਕਤਾ ਉਗਰਾਹਾਂ ਦੇ ਆਗੂ, ਸਾਡੇ ਨਾਲ ਗੁਰਪ੍ਰੀਤ ਜੀ ਮੌਜੂਦ ਨੇ। ਗੁਰਪ੍ਰੀਤ ਜੀ, ਕੀ ਪਲਾਨ ਹੈ 5 ਤਰੀਕ ਨੂੰ ਜਾਂ ਫਿਰ ਉਸ ਤੋਂ ਪਹਿਲਾਂ ਦੇ ਕੀ ਪਲਾਨ ਹੈ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਵਿਰੋਧ ਆ ਕੀਤੇ ਜਾਣੇ ਆ? ਦੇਖੋ ਜੀ, ਸਾਡਾ ਹੁਣ ਮੌਜੂਦਾ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਵਾ, ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਮੋਰਚਾ ਚੱਲ ਰਿਹਾ, ਜੋ 20 ਤਰੀਕ ਤੋਂ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਲੱਗੇ ਹੋਏ ਆ, ਸਾਡੇ ਦਿਨ ਰਾਤ ਦੇ ਚੱਲ ਰਹੇ ਆ। ਪੰਜਾਬ ਸਰਕਾਰ ਗੱਲਬਾਤ ਕਰਕੇ ਜਿਵੇਂ BJP ਸਰਕਾਰ ਭਜਦੀ ਸੀਗੀ, ਇੰਨੀਆਂ ਮੀਟਿੰਗਾਂ ਕਰਕੇ ਕਿਤੇ ਲਾਰੇ ਲਾ ਕੇ ਉੱਕਣੀ ਇਹ ਲੱਗੀ ਹੋਈ ਹੈ ਸਰਕਾਰ। ਅਤੇ ਜਿਹੜੀ ਸਾਡੀ ਕੱਲ੍ਹ ਦੀ ਮੀਟਿੰਗ ਸੀਗੀ ਪੰਜਾਬ ਸਰਕਾਰ ਨਾਲ, ਉਹ ਵੀ ਅਜੇ ਪੋਸਟਪੋਨ ਕਰਕੇ 7 ਤਰੀਕ 'ਤੇ ਲੈ ਕੇ ਜਾ ਰਹੇ ਆ। ਉੱਥੇ ਹੀ ਤੁਸੀਂ ਜਿਹੜੀ ਇਹ ਗੱਲ ਕੀਤੀ ਆ ਦੂਸਰੀ, ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਆ ਰਹੇ ਨੇ 5 ਤਰੀਕ ਦੇ ਫਿਰੋਜ਼ਪੁਰ, ਵੱਡੇ ਰੈਲੀ ਕਰ ਰਹੇ ਨੇ, ਅਤੇ ਉੱਥੇ ਸਾਡੀ ਜਥੇਬੰਦੀ ਵੱਲੋਂ ਅਜੇ ਐਲਾਨ ਕੀਤਾ ਗਿਆ ਵਾ ਕਿ ਪਿੰਡਾਂ ਦੇ ਵਿੱਚ 2 ਤੋਂ ਲੈ ਕੇ 4 ਤਰੀਕ ਤੱਕ ਉਸ ਤੋਂ ਉਹਨਾਂ ਦੇ ਪੁਤਲੇ ਫੂਕੇ ਜਾਣਗੇ ਪ੍ਰਧਾਨ ਮੰਤਰੀ ਦੇ, ਅਤੇ ਨਾਲ 5 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ, ਜਿੱਥੇ ਸਾਡੇ ਧਰਨੇ ਚੱਲ ਰਹੇ ਆ ਸਾਰੇ ਜ਼ਿਲ੍ਹੇ ਹੈੱਡਕੁਆਟਰਾਂ 'ਤੇ, ਉਹਨਾਂ ਦੇ ਪੁਤਲੇ ਉੱਥੇ ਫੂਕੇ ਜਾਣਗੇ। ਕਿਉਂਕਿ ਉਹ ਇਸ ਕਰਕੇ ਕਿਉਂਕਿ ਅਜੇ ਸਰਕਾਰ ਜਿਹੜੀਆਂ ਆਪਦੀਆਂ ਨੀਅਤ ਸਰਕਾਰ ਦੀ ਸਾਫ਼ ਨਹੀਂ ਹੈਗੀ, ਕਿਉਂਕਿ ਜਿਹੜੀਆਂ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਉਹਦੇ ਨਾਲ ਜੁੜੀਆਂ ਹੋਈਆਂ। ਉਸ ਚੱਲਦੇ ਘੋਲ ਦੇ ਦੌਰਾਨ ਜਿਹੜੀ ਵੱਡੀ ਘਟਨਾ ਲਖੀਮਪੁਰ ਖੀਰੀ ਦੀ ਹੋਈ UP ਦੇ ਵਿੱਚ, ਕਿ ਸਾਡੇ ਕਿਸਾਨਾਂ ਦੇ ਉੱਤੇ ਇੱਕ ਪੱਤਰਕਾਰ ਭਰਾ ਦੇ ਉੱਤੇ ਉਸ ਹੰਕਾਰੇ, ਉਸ ਅਜੇ ਮਿਸ਼ਰਾ ਟੈਣੀ ਜਿਹੜਾ ਉਹਦਾ ਇਹ ਗੁੰਡਾ ਉੱਥੋਂ ਦਾ ਇੱਕ ਵੱਡਾ ਜਿਹੜਾ ਕਹਿ ਲਈਏ ਕਿ ਮਾਫੀਆ, ਜਿਹਨੇ ਇਹ ਸੱਤਾ ਦਾ ਨਸ਼ਾ ਉਹਦੇ ਵਿੱਚ ਉਹਨੇ ਆ ਕੇ ਸਾਡੇ ਕਿਸਾਨਾਂ ਅਤੇ ਸਾਡੇ ਇੱਕ ਪੱਤਰਕਾਰ ਭਰਾ ਦੇ ਉੱਤੇ ਗੱਡੀ ਚਾੜੀ, ਜਿਹਦੀ ਉੱਥੇ ਇਨਕੁਆਇਰੀ ਵੀ ਹੋਈ, ਇਨਕੁਆਇਰੀ 'ਚ ਵਿੱਚ ਕੋਰਟ ਨੇ ਵੀ ਉਹਨਾਂ ਨੂੰ ਦੋਸ਼ੀ ਕਰਤਾ। ਉਹਦੇ ਨਾਲ ਉਹ 120 ਦੇ ਵਿੱਚ ਇਸ BJP ਸਰਕਾਰ ਦਾ ਗ੍ਰਹਿ ਰਾਜ ਮੰਤਰੀ ਉਹ ਵਿੱਚ ਆ, ਅਜੇ ਤੱਕ ਕੋਈ ਇਨਸਾਫ਼ ਹੀ ਨਹੀਂ, ਕੋਰਟ ਨੇ ਵੀ ਸਾਬਤ ਕਰਤਾ, ਅਤੇ ਉਹਦੇ ਵਿੱਚ ਅਜੇ ਤੱਕ ਨਾ ਤਾਂ ਉਹ ਤੋਂ ਅਸਤੀਫਾ ਲਿਆ, ਨਾ ਉਹਦੇ 'ਤੇ ਕੋਈ ਕਾਰਵਾਈ ਕੀਤੀ ਆ, ਅਤੇ ਕਿੱਡੀ ਕੁ ਕਿੰਨੀ ਇੱਕ ਉਹ ਜਿਹੜੀਆਂ ਨਜਾਇਜ਼ ਜਾਨਾਂ ਗਈਆਂ ਨੇ, ਸਾਡੇ ਵੀਰ ਸ਼ਹੀਦ ਹੋਏ ਆ, ਅਤੇ ਕੋਈ ਲਾਅ ਐਂਡ ਆਰਡਰ ਹੈ ਹੀ ਨਹੀਂ ਇੱਥੇ, ਅਤੇ ਫਿਰ ਜੇ ਉਹ ਆਪਣੇ ਮਤਲਬ ਕਿ ਚਾਪਲੂਸਾਂ ਨੂੰ ਲਈ ਬੈਠੇ ਨੇ, ਅਤੇ ਹੋਰ ਵੀ ਜਿਹੜੀਆਂ ਗੱਲਾਂ ਅਜੇ ਸਾਡੀਆਂ ਅਜੇ ਜੁੜੀਆਂ ਹੋਈਆਂ ਨੇ ਜਾਂ MSP 'ਤੇ ਅਜੇ ਗੱਲਾਂ ਚੱਲ ਰਹੀਆਂ ਨੇ, ਅਤੇ ਉਹ ਪ੍ਰਧਾਨ ਮੰਤਰੀ ਮੋਦੀ ਦੀਆਂ ਜਿਹੜੀਆਂ ਅਜੇ ਨੀਤੀਆਂ ਜਿਹੜੀਆਂ BJP ਸਰਕਾਰ ਦੀਆਂ, ਅਸੀਂ ਕਾਲੇ ਖੇਤੀ ਕਾਨੂੰਨ ਜ਼ਰੂਰ ਰੱਦ ਕਰਾਏ ਆ, ਪਰ ਉਹਦੇ ਨਾਲ ਜਿਹੜੀਆਂ ਚੱਲਦੀਆਂ ਜੇ ਗੱਲਾਂ ਜਿਹੜੀਆਂ ਸਾਡੀਆਂ ਖੜੀਆਂ ਨੇ, ਚਾਹੇ ਉਹ ਹੋਰ ਕੇਸਾਂ ਦੀਆਂ ਨੇ, ਚਾਹੇ ਜਿੰਨੇ ਵੀ ਕਿਸਾਨੀ ਅੰਦੋਲਨਾਂ ਹੋਏ ਨੇ ਮਾਹੌਲ ਦੌਰਾਨ ਜਿਹੜੇ ਗੱਲਾਂ ਆਈਆਂ ਨੇ, ਉਹ ਅਜੇ ਤੱਕ ਕਿਸੇ ਲੜ ਪੰਨੇ ਨਹੀਂ ਲਾਈਆਂ। ਅਤੇ ਇਸ ਕਰਕੇ ਜਥੇਬੰਦੀਆਂ ਨੇ ਦਿੱਲੀ ਜਦੋਂ ਮੋਰਚਾ ਚੱਕਿਆ, ਉਦੋਂ ਬਾਅਦ ਕਿਹਾ ਸੀ ਕਿ ਆਪਾਂ ਮੀਟਿੰਗ ਕਰਾਂਗੇ, ਸੰਯੁਕਤ ਮੋਰਚੇ ਦੀ ਮੀਟਿੰਗ ਹੋਊਗੀ। ਕਿ ਜਿਹੜੀ ਕੋਲ ਆ ਪ੍ਰਧਾਨ ਮੰਤਰੀ ਪੁਤਲੇ ਫੂਕਣੇ ਨੇ, ਕੱਲ੍ਹ ਤੋਂ ਤੁਸੀਂ ਸ਼ੁਰੂ ਕਰ ਦਿੰਦੇ ਨੇ ਕਿ ਇਹ ਬਾਕੀ ਜਥੇਬੰਦੀਆਂ ਨਾਲ ਵੀ ਸਹਿਮਤੀ ਹੈ ਕਿ ਯਾਨੀ ਕਿ ਇਕੱਲੇ ਤੁਸੀਂ ਉਗਰਾਹਾ ਵਾਲੀ ਕਰ ਰਹੇ ਹੋ? ਇਹ ਜੀ ਸਾਡੇ ਅੱਜ ਤੋਂ ਹੀ ਸ਼ੁਰੂ ਹੋਇਆ ਵਾ 2 ਤਰੀਕ ਤੋਂ, ਇਹ ਸਾਡੀ ਅਜੇ ਫਿਲਹਾਲ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੀ ਅਸੀਂ ਆਪਦੀ ਜਥੇਬੰਦੀ ਦੀ ਗੱਲ ਕਰ ਸਕਦੇ ਹਾਂ, ਕਿਉਂਕਿ ਅਸੀਂ ਜਦੋਂ ਜੇ ਕੋਈ ਦੂਸਰੇ ਜਥੇਬੰਦੀਆਂ ਦਾ ਵੀ ਆਊਗਾ ਤਾਂ ਆਜੂਗਾ ਐਲਾਨ। ਪਰ ਖੇਤੀ ਕਾਨੂੰਨ ਰੱਦ ਕਰਨ ਦਾ ਮਸਲਾ ਸੀਗਾ ਜਿਹੜਾ ਕਿਸਾਨਾਂ ਦੇ ਵੱਲੋਂ ਚੱਕਿਆ ਗਿਆ, ਅੰਦੋਲਨ ਚੱਲਦਾ 1 ਸਾਲ ਪਰ ਪ੍ਰਧਾਨ ਮੰਤਰੀ ਦੇ ਵੱਲੋਂ ਬਿੱਲ 3 ਜਿਹੜੇ ਕਿ ਵਾਪਸ ਲੈ ਲਿੱਤੇ ਜਾਂਦੇ ਨੇ, ਫਿਰ ਵੀ ਵਿਰੋਧ ਉਸਦਾ? ਗਲਤ ਹੈ ਨਾ ਜੀ, ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਕਿ ਉਹਦੇ ਨਾਲ ਜੁੜੀਆਂ ਜਿਹੜੀਆਂ ਗੱਲਾਂ, ਅਜੇ MSP ਦੀ ਗੱਲ ਕਿੱਥੇ ਖਤਮ ਹੋ ਗਈ, ਅਜੇ ਉਹ ਪੂਰੇ ਦੇਸ਼ ਪੱਧਰ ਹੀ ਅਜੇ ਗੱਲ ਘੋਲ ਖੜਾ ਵਾ, ਅਤੇ ਅਜੇ ਜਿਹੜੀਆਂ ਆ ਮੈਂ ਤੁਹਾਨੂੰ ਲਖੀਮਪੁਰ ਘਟਨਾ ਵਾਲੀ ਗੱਲ ਦੱਸੀ ਆ, ਅਤੇ ਅਜੇ ਕੇਸਾਂ ਦੀਆਂ ਗੱਲਾਂ ਦੱਸੀਆਂ ਨੇ ਜਿਨ੍ਹਾਂ ਨੂੰ ਅਜੇ ਲਮਕਾਇਆ ਟਕਵਾਇਆ ਜਾ ਰਿਹਾ, ਇਸ ਕਰਕੇ ਅਜੇ ਪੂਰੇ ਸਾਡੇ ਨਾਲ ਸਾਡੇ ਉਹ 750 ਦੇ ਨੇੜ ਸਾਡੇ ਜਿਹੜੀਆਂ ਇਸ ਸਰਕਾਰ ਦੇ ਜੁੰਮੇ ਨੇ, ਜਿਹੜੇ ਸਿਰ ਸਾਡੇ ਸ਼ਹੀਦੀਆਂ ਦਿੱਤੀਆਂ ਨੇ, ਜਿਨ੍ਹਾਂ ਨੇ ਜਿਹੜੇ ਕੁਰਬਾਨ ਹੋ ਗਏ ਇਸ ਮੋਰਚੇ ਦੇ ਵਿੱਚ, ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੇ ਬਜ਼ੁਰਗ, ਕਿੱਥੋਂ ਅਸੀਂ ਭੁੱਲ ਜਾਵਾਂਗੇ? ਇਹ ਉਹੀ ਸਰਕਾਰ ਆ। ਜੇ ਹੁਣ ਅੱਜ ਇਲੈਕਸ਼ਨਾਂ ਦੇ ਨੇੜੇ ਆ ਕੇ ਇਹ ਵੱਡੇ ਵੱਡੇ ਵਾਅਦੇ ਕਰਕੇ ਜੇ ਸੋਚਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਆ ਕੇ ਅਸੀਂ ਇੱਕ ਲੋਕਾਂ ਨੂੰ ਆਹ ਕਰ ਲਾਂਗੇ, ਜਾਂ ਅੱਜ ਕੱਲ੍ਹ ਇਹ ਖਰੀਦੋ ਫਰੋਖਤ ਹੋ ਰਹੀ ਆ, ਡਰਾ ਧਮਕਾ ਕੇ ਲੀਡਰਾਂ ਨੂੰ ਆਪਦੇ ਨਾਲ ਸ਼ਾਮਿਲ ਕੀਤਾ ਜਾ ਰਿਹਾ ਹੋਰ ਪਾਰਟੀਆਂ ਦਾ, ਕਰੀ ਜਾਣ, ਪਰ ਲੋਕ ਨਹੀਂ ਇਹਨਾਂ ਨੂੰ ਮਾਫ਼ ਕਰਨਗੇ, ਲੋਕ ਸਭ ਕੁਝ ਜਾਣਦੇ ਆ। ਅਤੇ ਅਸੀਂ ਪੂਰਾ ਠੋਕ ਕੇ ਜਿਵੇਂ ਸਾਡੀ ਸਟੇਟ ਕਮੇਟੀ ਦਾ
जिदा भी पूरा हुण पुतले फूकण दा भी आ, जिवें सानूं होर भी हुकम आऊगा वह भी करांगे। बाकी लगता नहीं गुरप्रीत जी 5 तरीक की वेट कर लेनी चाहिए, क्योंकि सुनने के आ रहा है कि प्रधानमंत्री हो सकता पंजाब के जो आते हैं तो व्डे जे कि ऐलान है वह भी कर सकते हैं, कि लगता नहीं 5 तरीक की पहलों की स्पीच रैली देख लेंगे भी की ऐलान करके जाते हैं, किसानों जिहड़ियां बाकी मंगां ने पूरियां होंदियां कि उस तो बाद विरोध किया जाता। 2014 के मैनीफेस्टो चक लो किन्नियां 82 रैलियां कीतियां सी इन्हें देश दे विच नरेंद्र मोदी ने, 15-15 लाख थोड़ी जेब च आ गया अज तक। थोनू कहना सी मैं एक रह एक पेंशन दे दूँ, आ गई स्वामीनाथन रिपोर्ट आ गई, किड्डियां बड़ियां गल्लां कीतियां ने, किवें यकीन कर लीए जे कोई तू ऐलान ही करना दिल्ली बैठा कर दे, पंजाब च आके तू रैली करके किहड़ा ऐलान करेगा बई, देश दा जे कोई करना स्टेट दा करना उन्हां दे हत्थ च आ, घराणियां दे कारपोरेट घराणियां दे इह रैली करके करजे माफ करदा, अंबानियां अडानियां दे उदों ही पता लगदा जो थोड़े अखबारां च आउंदा कि अज्ज जी 1,00,000 करोड़ करता, फिर वो कड़ा रैलियां करके उत्थे उन्होंने करजे माफ़ करनगे। जे कुछ करना ही आ करे उत्थे बैठे कर सकदा, उहदे कोल पावर आ, यानी कि रोश अजे भी है मन दे विच भी दिलों नहीं कर रहे जो करे इलैक्शन लै कर रहे ने। होर राजसी लोकां दा होर हुंदा की आ जी, अज आ समा हुण इह समझदे आ कि असीं आह ऐलान करके असीं सत्ता दे विच आ जाएंगे, सत्ता दे विच असीं सरकार च आ जाएंगे, आ सिर्फ यही आ पोलिटिकल स्टंट ने जिन्हां नूं लोक चंगी तरह जाणदे ने। बाकी गल साडे जिले दे प्रधान जी थोड़े नाल सांझी करनगे। आखिरी सवाल है कि मेरा, जिवें हुण संयुक्त किसान मोर्चे दे वल्लों मीटिंग कीती जांदी है, 22 जथेबंदियां किसे स्टेज ते इकट्ठियां हो जांदियां ने, एक मोर्चा बनाया गया, कुछ दिन 10 जथेबंदियां हजे भी बाहर ने, की लगता है कि पिंडां दे विच नुकसान होगा या फायदा होगा, क्योंकि सारे नूं इकट्ठे लै के तुरन की गल हुई सी, दिल्ली दे विच तां इकट्ठे हो जांदे ने, पंजाब दी जथेबंदियां भी इकट्ठियां होंदियां ने, देश दी भी इकट्ठियां होंदियां, पर पंजाब आके फिर उही कोल अकाली कांग्रेस जां फिर होर दूजियां पार्टियां दे विच जिवें आपां अक्सर गाने सुणदे आ तुहाडे मोर्चे दे विच गाने देखण नूं मिलदे ने। देखो जी, कुस जथेबंदियां दी जिहड़ी कोई सोच सी, तुसीं आ हुण रोज़ अज दे अखबार पढ़दे हो, जिहड़ियां कुछ जथेबंदियां ने कहा सीगा कि असीं आह करांगे, उह आपदे बयान वापस लई जा रहियां ने, क्योंकि लोगों ने गल उन्हें यह समझ लेनी चाहिए आ कि साडा अजे किसानी संयुक्त मोर्चा साडियां बड़ियां लड़ाइयां पईयां ने, वह असी जथेबंधक हो के ही उन्हूं सिरे ला सकते हैं, जे असी इधर पार्टियां च जावांगे तां जदों जिहड़े लोक सेवा वाले हुंदे आ जदों इधर जांदे आ तां जिहड़े लोक संघर्ष नाल जुड़े आ उह संघर्ष नाल जुड़े आ, वोटां नाल नहीं जुड़े, वो थोड़े संघर्ष नाल जुड़े हुए ने थोड़ियां, कि जिहड़ा तुसीं दिल्ली मोर्चा किड्डा वड्डा लाया, जे कल्लू तुसीं वह जो कहने हो कि असीं राज सत्ता च आ जाएंगे, लोग वोटां लई नहीं जुड़े, वोटां नाल 70-75 साल हो गए पाउंदियां नूं, की मिल गया बई, आ कानून किहने रद्द कराए ने, वोटां पा के कराए आ, एकता नाल कराए आ, इस करके लगता फिर जो इलैक्शन होणगे किसान आगू इलैक्शन लड़नगे, 117 सीटां तक गया जा रहा है, वी रणनीति तैयार की जा रही, 117 सीटां इलैक्शन लड़ांगे, तो की लगता है कि जित प्राप्त होगी जां फिर हार दा मूँह देखना पऊ? मैं दस्सदा जरा, देखो जदों तुसीं 22 जथेबंदी गल करदे हो, 22 जथेबंदियां ने चोण दा ऐलान कर दिता, लेकिन सानू इस गल का पता है भी जिहड़े साडे पंजाब दे लोक आ वह संघर्षी लोग नेगे, उन्हां दे संघर्ष का सदका ही आपां ने 3 जिहड़े काले कानून वापस करवाए आ, वो लोग चंगी तरह जानते हैं कि जे आ लोग जिन्हां ने हुण 22 का मोर्चा बनाया, 22 का मोर्चा लगभग खुरना शुरू हो गया, बयान आने शुरू हो गए, असीं चोणां नहीं लड़ांगे, बालां दे बयान आ गए आने वाले समय च होर आ जाएंगे, हुण जिहड़ा इह मोर्चा लखोवाल का बयान आ गया, कादियां आ गया, कीर्ति किसान आ गया, बयान आ गया, आ ही जाना बयान लग पहला शामिल सी, बयान आने शुरू हो गए, क्योंकि जिहड़ी ताकत किसान जथेबंदी ने संयुक्त मोर्चे ने बनाई सी वह ताकत इन्हां जथेबंदियां दी बननी नहीं वोटां दे विच आ के, लोगों नूं इस गल का पता जे 75 सालां दे विच वोटां असीं पाईआं ने, राज असीं बदले आ, मुख्यमंत्री बदले आ, प्रधानमंत्री बदले आ, पर लोगों का जिहड़ा पद्धर आ वह हेठां ग्राफ हेठां ही हुंदा गया, लोगों की आर्थिकता माड़ी हुंदी गई आ, उन्हां नूं इस गल का पता कि जिन्ना चिर हिंदुस्तान दे विच जिहड़ियां नीतियां WTO दी आईआं ने 1991-92 दे विच, जिन्ना चिर उन्हां नीतियां नूं वापस नहीं मोड़िया जांदा उन्ना चिर भारत दे लोकां दा जिहड़ा बेड़ा वह पार नहीं होना भरावो, जिन्ना चिर निजीकरण जी तलवार आ जिहड़ी बड़ी तिखी है बड़ी तेजी नाल अगे वध रही है, जिन्ना चिर खुंडिया नहीं किया जाता उन्ना चिर भारत दे लोकां दा कुछ नहीं सिमरन वाला हैगा, असीं संयुक्त मोर्चे वाले जिहड़े बाहर रह गए 22-21 जथेबंदी दे बाहर रह गए, तो असी भारत राह वाले सानू इस गल का पूरा पक्का साडा इरादा बनाया होया कि सानू जथेबंदियां ने मजबूत करके जिहड़ियां साडियां होर मंगां ने जिहड़ियां साडियां WTO दा नीतियां नेगियां
उन्हां दा असीं विरोध करते हुए अगे वधना। असीं लोकां नूं बराबरता दा राज जिहड़ा लिया के देण दे हामी आ। और जिन्ना चिर मनुख दी मनुख तों लुट खत्म नहीं हुंदी, इह साडा जिहड़ा संघर्ष आ इस तरह अगे वधदा रहूगा। सो इस नूं किसान आगू जिन्हां वल्लों कहा जा रहा कि 5 तरीक नूं जिहड़ी कि प्रधानमंत्री मोदी की जिहड़ी कि फिरोजपुर दे विच रैली है उसका जिहड़ा कि विरोध है वह वड्डे पद्धर ते जिहड़ा कीता जाणा। सो अज तों ही पिंडां दे विच जिहड़ा कि पुतले उहनां दे उह फूकणे जिहड़े कि शुरू कर दित्ते गए है। तो कल और परसों नूं जिहड़े कि जिला हैडक्वार्टर दे विच वी जिहड़े कि शहरां दे विच वी जिहड़े कि प्रधानमंत्री मोदी दे ने पुतले फूके जाणगे। रोस जरूर है क्योंकि कहा जा रहा भावें खेती कानून जिहड़े कि बिल ने वापस तां ले गए ने, पर जिवें कि लखीमपुर खेरी दे विच जिहड़ी घटना वापरी आ हजे तक उहदा इंसाफ नहीं मिलिया। जो 750 तो वध जिहड़े किसान शहीद होए ने उन्हां दा हजे तक कोई मुआवजा नहीं जां कुछ, उन्हां नूं लै के भी रोस है। तो होर भी कई गल्लां नूं लै के जिहड़ी कि हजे MSP नूं लै के भी जाने की रोस है, हजे भी किसानां दे विच जा रहा। दूजे पासे जेकर गल कीती जावे तां मतलब कि किसान आगू जिहड़े भी इलैक्शन लड़ रहे ने उन्हां दे वल्लों हुण जिहड़े कि बयान है वह वापसी होने शुरू हो गए ने, क्योंकि 32 जथेबंदियां इकट्ठियां हुंदियां पंजाब दियां जिहदे विचों 22 जथेबंदियां रह जांदियां। हुण 22 दे विचों भी जिहड़ियां जथेबंदियां ने कुछ पैर पिछे खिंचने शुरू करते ने, क्योंकि इलैक्शनां दे विच कहा गया सी कि आने वाले समय दे विच 2022 दे विच किसान जथेबंदियों के वालों भी जिहड़े कि इलैक्शन लड़े जाने ने, पर हुण इलैक्शन लड़न तो पहला ही जिहड़े कि जथेबंदियां ने 22 दे विचों उन्हां दे विचों भी कुछ जथेबंदियां जिहड़ियां खुंझदी होईआं नज़र आ रहीआं ने। कैमरा परसन बोबी दे नाल हिम्मत सिंह दीपाल, दैनिक सवेरा, लुधियाना। अलीशा बेगम एक औरत का दुख एक औरत ही समझ सकती है। रूहानी ते काली शक्तियां दी मालकन दुनिया दा सब तो चमत्कारी इल्म मेरे कोल है, मेरे कीते नूं कोई कट नहीं सकदा। काला इल्म करना आते तोड़ना हर एक दे बस दी गल नहीं। परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है। वशीकरण करवाओ, मन चाह प्यार पाओ। की तुहाडी किस्मत च लॉटरी दा योग है जां नहीं, सच्चाई जानो। लॉटरी नंबर पाओ भावें 649 होवे जां लोटोमैक्स, 11 घंटे च करवाओ हर परेशानी दा हल घर बैठे। अष्टाम पेपर ते लिख के लवो कम दी गारंटी, टीजा कहने तो बाहर है तुरंत संपर्क करो, तुहाडी हर गल गुप्त रखी जाएगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट, सारियां थावां तो निराश अते मायूस होने वाले एक बार फोन जरूर करो, जिवें चाहोगे ओवें होएगा। इट्स माय प्रॉमिस इमीडिएटली रिजल्ट, ओपन चैलेंज, इल्मा दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जां दुटोना, मनमोहणी वशीकरण करवाओ जां तुड़वाओ, रुसे नूं मनाओ। हुणे कॉल करो बाबा सलीम खान 98 199 37 467।